ਤੁਹਾਡੀ ਉਮਰ ਦੇ ਵਿੱਚ ਕਈ ਬੱਚੇ ਇਹੋ ਜਿਹੇ ਸੀ ਨਾ ਸਾਡੇ ਨਾਲ ਦੇ ਜਿਹੜੇ ਖਰਾਬ ਹੋ ਗਏ, ਉਹਨਾਂ ਨੂੰ ਅਸੀਂ ਕਹਿੰਦੇ ਸੀ ਵੀ ਆਹ ਯਾਰ ਤਾਂ ਇਹਦਾ ਵੱਡਾ ਹੋ ਕੇ ਬਹੁਤ ਵਧੀਆ ਚੀਜ਼ ਬਣੂਗਾ, ਬਹੁਤ ਵਧੀਆ ਕੰਮ ਕਰੂਗਾ ਜਾਂ ਖੇਡੂਗਾ ਕੁਛ ਵੀ ਕਰੂਗਾ। ਉਹ ਬੰਦੇ ਨਸ਼ਿਆਂ 'ਚ ਫਸ ਕੇ ਜਮੀ ਅਸੀਂ ਜ਼ੀਰੋ ਹੋ ਗਏ, ਔਰ ਇੱਕ ਵਾਰੀ ਇਹੋ ਜਿਹਾ ਫਸੇ ਮੁੜ ਕੇ ਉਹਨਾਂ ਦਾ ਨਿਕਲ ਨਹੀਂ ਹੋਇਆ। ਕਈ ਵਾਰੀ ਬੰਦੇ ਕਹਿੰਦੇ ਸ਼ਰਾਬ ਪੀ ਲਾ ਇਹ ਤਾਂ ਛੋਟਾ ਹੀ ਆ, ਇੱਕ ਵਾਰੀ ਜੇ ਨਸ਼ਾ ਤੁਹਾਡੀ ਬਾਡੀ 'ਚ ਵੜ ਗਿਆ ਦੁਬਾਰਾ ਤੁਸੀਂ ਛੱਡ ਨਹੀਂ ਸਕਦੇ। ਇੱਕ ਵਾਰੀ ਤੁਹਾਡਾ ਹੌਸਲਾ ਖੁੱਲ ਗਿਆ ਨਾ ਪਹਿਲਾਂ ਸ਼ਰਾਬ, ਤੇ ਬੰਦਾ ਕਹਿੰਦਾ ਚੱਲ ਆਹ ਵੀ ਕਰ ਲਾ ਆਹ ਵੀ ਕਰ ਲਾ, ਫਿਰ ਤੁਸੀਂ ਬੜੇ ਨਸ਼ਿਆਂ ਤੱਕ ਪਹੁੰਚ ਜਾਂਦੇ ਹੋ। ਠੀਕ ਆ, ਨਸ਼ਾ ਕਰਨਾ ਇੱਕ ਕਮਜ਼ੋਰ ਬੰਦੇ ਨਿਸ਼ਾਨੀ ਹੈ। ਜੇ ਕੋਈ ਤੁਹਾਨੂੰ ਸ਼ਰਾਬ ਪੀਂਦਾ ਦਿਖਦਾ ਜਾਂ ਕੋਈ ਇਹੋ ਜਿਹੇ ਕੰਮ ਕਰਦਾ, ਤੁਸੀਂ ਸਮਝ ਲਓ ਵੀ ਇਹ ਬੰਦਾ ਕਮਜ਼ੋਰ ਆ, ਇਹਨੂੰ ਸਹਾਰੇ ਦੀ ਲੋੜ ਆ ਕਿਸੇ ਦੀ, ਔਰ ਇਹ ਨਸ਼ੇ ਦਾ ਸਹਾਰਾ ਲੈ ਰਿਹਾ। ਤੁਸੀਂ ਜੇ ਸਹਾਰਾ ਲੈਣਾ ਜਾਂ ਰੱਬ ਦੇ ਨਾਂ ਦਾ ਲੈਣਾ ਜਾਂ ਤੁਸੀਂ ਆਪਣੀ ਮਿਹਨਤ ਦਾ ਲੈਣਾ। ਠੀਕ ਆ, ਮਿਹਨਤ ਕਰੋਗੇ ਲੋਕ ਤੁਹਾਡੀ ਇੱਜ਼ਤ ਕਰਨਗੇ, ਰਿਸਪੈਕਟ ਕਰਨਗੇ। ਔਰ ਇੱਕ ਗੱਲ ਮੇਰੀ ਤੁਸੀਂ ਸਾਰੇ ਨਿਆਣੇ ਧਿਆਨ ਨਾਲ ਨੋਟ ਕਰ ਲਿਓ, ਜਿਹੜੀ ਦੁਨੀਆ ਨਾ ਇਹਨੂੰ ਤਾਕਤਵਰ ਚੀਜ਼ ਪਸੰਦ ਆ। ਠੀਕ ਆ, ਇੱਕ ਇੰਗਲਿਸ਼ 'ਚ ਕਹਿੰਦੇ ਨੇ ਦਾ ਵਰਲਡ ਲਵਜ਼ ਦੀ ਸਟਰੋਂਗ। ਠੀਕ ਆ, ਚਾਹੇ ਕੋਈ ਕਾਰ ਤਾਕਤਵਰ ਆ, ਲੋਕਾਂ ਨੂੰ ਤਾਕਤਵਰ ਗੱਡੀ ਪਸੰਦ ਆ, ਤਾਕਤਵਰੇ ਜਾਨਵਰ ਪਸੰਦ ਆ, ਤਾਕਤਵਰੇ ਬੰਦਾ ਪਸੰਦ ਆ। ਕਦੇ ਕਿਸੇ ਨੇ ਕਿਹਾ ਵੀ ਕਦੇ ਕਿਸੇ ਨੇ ਡੌਲੇ 'ਤੇ ਗਿੱਦੜ ਪਵਾਇਆ, ਲੋਕ ਸ਼ੇਰ ਪਾਉਂਦੇ ਨੇ ਕਿਉਂਕਿ ਸ਼ੇਰ ਤਾਕਤਵਰ ਆ, ਕਿਤੇ ਕਿਸੇ ਨੇ ਡੌਲੇ 'ਤੇ ਕਾਂ ਪਵਾਇਆ, ਲੋਕ ਬਾਜ਼ ਪਾਉਂਦੇ ਨੇ ਕਿਉਂਕਿ ਬਾਜ਼ ਤਾਕਤਵਰ ਆ। ਦੁਨੀਆ ਨੂੰ ਤਾਕਤਵਰ ਚੀਜ਼ਾਂ ਪਸੰਦ ਨੇ। ਕੱਲ ਨੂੰ ਤੁਹਾਨੂੰ ਕੋਈ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਵੀ ਆਹ ਚੀਜ਼ ਖਾ ਲਾ ਆਹ ਚੀਜ਼ ਖਾ ਲਾ, ਤੁਸੀਂ ਕੁਛ ਨਹੀਂ ਖਾਣਾ। ਹੁਣ ਚੜ੍ਹਦੀ ਗੱਲ ਆ ਜੋ ਕੰਮ ਪੂਰੀ, ਹੱਥ ਤਾਂ ਨਹੀਂ ਲਾਓਗੇ ਕਦੇ ਕਿਸੇ ਨਸ਼ੇ ਨੂੰ।